ਸਤਿ ਸ਼੍ਰੀ ਅਕਾਲ, ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ। ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਨੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਤੇ DGP ਨੂੰ ਜਾਨੋਂ ਮਾਰਨ ਦੀ ਧਮਕੀ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਾਰਵਾਈ ਦੀ ਦਿੱਤੀ ਧਮਕੀ। ED ਦੀ ਵੱਡੀ ਕਾਰਵਾਈ, ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੜ ਕੇ ਤਾਂ ਗ੍ਰਿਫ਼ਤਾਰ। ਮਾਘੀ ਮੇਲਾ ਤਖਤਪੁਰਾ ਚ ਅਕਾਲੀ ਦਲ ਦੀ ਕਾਨਫਰੰਸ। ਸੁਖਬੀਰ ਬਾਦਲ ਨੇ ਕਿਹਾ ਕਾਂਗਰਸ ਤੇ ਆਪ ਨੇ ਪੰਜਾਬ ਨੂੰ ਤਬਾਹ ਕੀਤਾ। ਹਲਕਾ ਭੁੱਲਤ ਤੋਂ ਵਿਧਾਇਕ ਸੁਖਪਾਲ ਖਹਿਰਾ ਨਾਭਾ ਜੇਲ੍ਹ ਚ ਹੋ ਰਿਹਾ 100 ਦਿਨਾਂ ਤੋਂ ਵੱਧ ਸਮੇਂ ਤੋਂ ਸਨ ਨਜ਼ਰ ਬੰਦ। ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 56 ਕਰੋੜ ਦੀ ਹੈਰੋਇਨ ਸਣੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ। ਡਰੋਨ ਜ਼ਰੀਏ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਨਸ਼ਾ। ਲੁਧਿਆਣਾ ਚ ਵੱਡੀ ਘਟਨਾ, ਡਾਬਾ ਰੋਡ ਤੇ 2 ਧਿਰਾਂ ਵਿਚਾਲੇ ਹੋਈ ਝੜਪ ਚ ਗੋਲੀਆਂ ਚਲੀ, 2 ਸਕੇ ਭਰਾ ਹੋਏ ਜ਼ਖਮੀ। ਫਾਜ਼ਿਲਕਾ ਚ ਪੁਲਿਸ ਤੇ ਆਬਕਾਰੀ ਵਿਭਾਗ ਨੇ ਮਾਰਿਆ ਛਾਪਾ, ਜ਼ਮੀਨ ਚ ਲੁਕਾ ਕੇ ਰੱਖੀ 500 ਲੀਟਰ ਲਾਹਨ ਕੀਤੇ ਬਰਾਮਦ। ਫਗਵਾੜਾ ਦੇ ਗੁਰਦੁਆਰੇ ਚ ਨਿਹੰਗ ਸਿੰਘ ਨੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ, ਬੇਅਦਬੀ ਦੇ ਸ਼ੱਕ ਚ ਕੀਤੀ ਹੱਤਿਆ। ਜਲੰਧਰ ਅਧੀਨ ਪੈਂਦੇ ਫਿਲੌਰ ਵਿੱਚ ਵੱਡੀ ਵਾਰਦਾਤ, ਰੰਜਿਸ਼ ਚ ਮਾਰ ਮੁਕਾਇਆ 4 ਭੈਣਾਂ ਦਾ, ਇਕਲੌਤਾ ਭਰਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ। ਸਿੱਧੂ ਦੀ ਪਟੀਸ਼ਨ ਤੇ NGT ਨੇ ਨਜਾਇਜ਼ ਮਾਈਨਿੰਗ ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ। ਮਾਮਲੇ ਦੀ ਸੁਣਵਾਈ ਹੁਣ 11 ਮਾਰਚ ਨੂੰ ਹੋਵੇਗੀ। ਠੰਡ ਨਾਲ ਕੰਬਿਆ ਪੰਜਾਬ, ਸੀਜ਼ਨ ਚ ਪਹਿਲੀ ਵਾਰ ਮਾਈਨਸ ਚ ਪਹੁੰਚਿਆ ਪਾਰਾ। ਮੌਸਮ ਵਿਭਾਗ ਵੱਲੋਂ 16 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ। ਅਯੋਧਿਆ ਚ ਕਾਂਗਰਸ ਸਮਰਥਕਾਂ ਤੇ ਸ਼ਰਧਾਲੂਆਂ ਚ ਹੋਈ ਝੜਪ, ਝੰਡੇ ਲੈ ਕੇ ਰਾਮ ਮੰਦਿਰ ਚ ਦਾਖਲ ਹੋਣ ਤੇ ਹੋਇਆ ਵਿਵਾਦ। ਆਂਧਰਾ ਪ੍ਰਦੇਸ਼ ਅਤੇ ਕੋਰਲ ਦੇ 2 ਦਿਨਾਂ ਦੌਰੇ ਤੇ PM ਮੋਦੀ, ਕਈ ਪ੍ਰੋਗਰਾਮਾਂ ਚ ਲੈਣਗੇ ਹਿੱਸਾ। KYC ਹੈ ਦੂਰੀ ਤਾਂ 31 ਜਨਵਰੀ ਦੇ ਬਾਅਦ ਨਹੀਂ ਚੱਲੇਗਾ ਤੁਹਾਡਾ ਫਾਸਟ ਟੈਗ, ਦੇਣਾ ਪਵੇਗਾ ਡਬਲ ਟੋਲ ਟੈਕਸ। ਵਿਜੇ ਮਾਲਿਆ, ਨੀਰਵ ਮੋਦੀ ਨੂੰ ਜਲਦ ਭਾਰਤ ਲਿਆਉਣ ਦੀ ਕੋਸ਼ਿਸ਼, ਬ੍ਰਿਟੇਨ ਰਵਾਨਾ ਹੋਵੇਗੀ CBI, ED ਤੇ NIA ਦੀ ਟੀਮ। ਅਮਨ ਸਕੋਰਡਾ ਨੂੰ ਗ੍ਰਿਫ਼ਤਾਰ ਕਰਨ ਚ ਪੁਲਿਸ ਦੀ ਅਸਫਲਤਾ ਤੇ ਹਾਈਕੋਰਟ ਦਾ ਰੁਖ ਸਖ਼ਤ, SHO ਦੀਆਂ ਤਨਖਾਹਾਂ ਅਟੈਚ ਕਰਨ ਦੇ ਦਿੱਤੇ ਆਦੇਸ਼। ਪਾਣੀਪਤ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਬੰਗਲਾਦੇਸ਼ ਦੇ 4 ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ। ਮੁਲਜ਼ਮ ਕੋਲੋਂ ਕੋਈ ਵੀ ਪਾਸਪੋਰਟ ਜਾਂ ਵੀਜ਼ਾ ਨਹੀਂ ਮਿਲਿਆ। ਲਾਲ ਸਾਗਰ ਚ ਯਮਨ ਦੇ ਹੂਤੀ ਬਾਗੀਆਂ ਨੇ ਅਮਰੀਕੀ ਜਹਾਜ਼ ਤੇ ਦਾਗੀ ਮਿਜ਼ਾਈਲ। ਅਮਰੀਕਾ ਨੇ ਜਵਾਬੀ ਕਾਰਵਾਈ ਚ ਡੇਗਿਆ ਲੜਾਕੂ ਜਹਾਜ਼। ਪਾਕਿਸਤਾਨ ਚ ਆਮ ਚੋਣਾਂ ਤੋਂ ਪਹਿਲਾਂ ਲੋਕ ਮਹਿੰਗਾਈ ਦੀ ਝੱਲ ਰਹੇ ਹਨ ਮਾਰ। ਆਂਡਿਆਂ ਦੀ ਕੀਮਤ 400 ਰੁਪਏ ਦਰਜ਼ਨ ਤੋਂ ਹੋਈ ਪਾਰ। BCCI ਨੇ 5 ਸੀਨੀਅਰ ਰਾਸ਼ਟਰੀ ਚੋਣ ਕਰਤਾਵਾਂ ਤੋਂ 1 ਨੂੰ ਬਦਲਣ ਲਈ ਮੰਗੀਆਂ ਅਰਜ਼ੀਆਂ। 25 ਜਨਵਰੀ ਤੱਕ ਕਰ ਸਕਦੇ ਹੋ ਅਪਲਾਈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੈਨੂੰ ਦਿਓ ਇਜਾਜ਼ਤ, ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਦੇਖਦੇ ਰਹੋ SMZ ਨਿਊਜ਼।